ਅੰਮ੍ਰਿਤਸਰ ਵਿੱਚ ਹੋ ਰਹੀ ਤੇਜ਼ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ। ਜਿੱਦਾਂ ਹੀ ਬਾਰਿਸ਼ ਸ਼ੁਰੂ ਹੋਈ ਤਾਂ ਲੋਕ ਖੁੱਲ੍ਹ ਕੇ ਇਸ ਬਾਰਿਸ਼ ਦਾ ਆਨੰਦ ਲੈਂਦੇ ਹੋਏ ਨਜ਼ਰ ਆਏ। ਲੋਕਾਂ ਨੇ ਬਾਰਿਸ਼ ਵਿੱਚ ਰੁਕਣ ਦੀ ਬਜਾਏ ਆਪਣੇ ਕੰਮ 'ਤੇ ਜਾਣਾ ਅਤੇ ਬਾਰਿਸ਼ ਨੂੰ ਇੰਜੋਏ ਕਰਨਾ ਵਧੀਆ ਸਮਝਿਆ। 2 ਦਿਨ ਤੋਂ ਮੌਸਮ ਐਡਾ ਸੁਹਾਣਾ ਹੈਗਾ, ਕੋਈ ਬਹੁਤ ਜ਼ਿਆਦਾ ਰਾਹਤ ਮਿਲੀ ਸਾਨੂੰ, ਕਿਉਂਕਿ ਇਸ ਤੋਂ ਪਹਿਲਾਂ ਜਦੋਂ ਘਰੋਂ ਬਾਹਰ ਨਿਕਲਦੇ ਸਾਨੂੰ ਬਹੁਤ ਮੁਸ਼ਕਿਲ ਹੋ ਗਈ ਸੀ, ਕੰਮਾਂ 'ਤੇ ਜਾਣ ਵਾਸਤੇ ਆਉਣ ਵਾਸਤੇ ਇੰਨਾ ਬੁਰਾ ਹਾਲਾਤ ਹੋਏ, ਛੁੱਟੀ ਕਰਕੇ ਘਰ ਹੀ ਬਹਿ ਜਾਈਦਾ ਸੀ। ਹੁਣ 2 ਦਿਨ ਆਇਆ ਰਮਾਨ, ਬਹੁਤ ਸ਼ਾਂਤੀ ਹੈ। ਬਾਰਿਸ਼ ਠੀਕ, ਬਹੁਤ ਵਧੀਆ ਹੋ ਗਈ ਹੈ ਬਾਰਿਸ਼, ਇਹ ਬਾਰਿਸ਼ ਨੇ ਤਾਂ ਬਹੁਤ ਠੰਡੀ ਕਰਤੀ ਹੈ, ਆਉਣ ਜਾਣ ਵਾਸਤੇ ਸਾਨੂੰ ਬਹੁਤ ਵਧੀਆ ਹੋਇਆ। ਮੌਸਮ ਵਧੀਆ ਜੀ, ਇੱਕਦਮ ਵਧੀਆ ਹੋ ਗਿਆ ਵਾ, ਗਰਮੀ ਨਾਲ ਬਹੁਤ ਹਾਲ ਮਾੜਾ ਆਇਆ ਸੀਗਾ, ਹੁਣ ਵਧੀਆ ਆ ਗਿਆ, ਚਲੋ ਥੋੜ੍ਹਾ ਜਿਹਾ ਚੈਨ ਨਾਲ ਥੋੜ੍ਹਾ ਜਿਹਾ ਰਹਿ ਜਾਏਗਾ। ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।